अज असीं तुहानूं लैके चल रहे हैं स्टैंडर्ड फर्नीचर एम्पोरियम जो कि नियर गुरुद्वारा दुख निवारण साहब सरहंद रोड जिला पटियाला विखे स्थित है। इत्थे पालकी साहब सचखंड छत्तर ब्रास ग्रिल गोलक अते मंदिर बहुत ही वधिया क्वालिटी दे अते वाजिब दामां ते मौजूद दूरों दूरों ग्राहक इत्थे पहुँचते हैं इत्थों दी फैसिलिटीज़ का लाभ लेंदे हैं। स्टैंडर्ड फर्नीचर एम्पोरियम अपने इलाके विच नहीं बल्कि फॉरन विच भी एक ब्रांड है। जेकर तुसीं भी पालकी साहब सचखंड छतर ब्रास ग्रिल गोलक अते मंदिर खरीदना चाहते हो तो स्टैंडर्ड फर्नीचर एम्पोरियम नाल जरूर संपर्क करो। साई टीम ने इत्थों दे ओनर नाल गलबात की जिन्होंने सानू स्टैंडर्ड फर्नीचर एम्पोरियम बारे विस्तार नाल जानकारी दी। आओ लैके चलते हैं तुहानूं स्टैंडर्ड फर्नीचर एम्पोरियम पटियाला। स्वागत है। अज असी आए हाँ एक ऐसी शॉप के उपर जे पिछले लंबे समय तो अपनी सेवा दे रहे हैं पालकी दे विच और लोगों नू आप देख सकते हैं कि जो आप अंदर वड़दे हाँ जुत्तियां ला के अंदर आना पैंदा। बहुत ही श्रद्धा के सत्कार के नाल ये पालकियां दा जिहड़ा हैगा इत्थे सेवा कर रहे हैं और तीन पीढ़ियां सब तो वड्डी गल आ वड्डे बापू जी उन्हां दे बेटे दोने पोते एक पोता मेरे नाल बैठा एक इधर पोता बैठा दर्शको वो घल ना घाल घाल के वह अखाइया सह सह के बापू जी ने जो इस बूटे नू लाया अज आप देख सकते कि शानदार पेड़ का रूप है लेकिन वो कि खून इन्हों का लग्या किवें इन्हां ने सेवा की और बेनीफिट अपने बेटे नू और बेटे ने होर सेवा विच करके हुण पोते आ गए नाल नवीं नवी क्रिएशन ने इन्हां कोल नवे नवे ढंग दे नाल एक पोता बैठा अपना इन्हां ने नवे नवे क्रिएशन की। बापू जी तुहाडा स्वागत है साडे स्पैशल शो दे विच। ਵਰਲਡ ਦੇ ਵਿੱਚ ਇੱਕ ਐਸੀ ਰਿਨੋਡ ਇੱਕ ਚੀਜ਼ ਬਣ ਗਈ ਹੈ ਕਿ ਜਿਹੜੇ ਕਾਰੀਗਰ ਨੇ ਉਹਨਾਂ ਦਾ ਸਨਮਾਨ ਉਹਨਾਂ ਦਾ ਟੈਲੈਂਟ ਜਿਹੜਾ ਹੈਗਾ ਉਹਨੇ ਸਾਰੇ ਵਰਲਡ 'ਚ ਧੂਮਾਂ ਪਾ ਦਿੱਤੀਆਂ। ਕੀ ਕਹਿਣਾ ਚਾਹੋਗੇ ਕਿ ਉਸ ਸਮੇਂ ਦੀ ਜੋ ਤੁਸੀਂ ਕੰਮ ਕਰਦੇ ਸੀਗੇ ਤੇ ਅੱਜ ਦੇ ਵਿੱਚ ਕਿੰਨਾ ਫਰਕ ਹੈ? ਉਸ ਸਮੇਂ 'ਚ ਸਾਰਾ ਹੈਂਡਵਰਕ ਹੁੰਦਾ ਸੀ, ਅਸੀਂ ਮਿਹਨਤ ਇੰਨੀ ਕਰੀ ਆ ਬੇਦਾਸ ਸਨ ਕਿ ਹੱਥ 'ਤੇ ਮੈਂ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਜਿਹੜਾ ਕਿ ਅੱਜ ਅਸਮਾਨਾਂ ਨੂੰ ਛੋਹ ਰਿਹਾ। ਅਸੀਂ ਧੰਨਵਾਦ ਦਈਏ ਵਾਹਿਗੁਰੂ ਦਾ ਵੀ ਔਰ ਆਪਣੀ ਮਿਹਨਤ ਦਾ ਵੀ ਫਲ ਮਿਲ ਰਿਹਾ ਸਨ। ਸਰ ਸਭ ਤੋਂ ਵੱਡੀ ਗੱਲ ਹੈ ਕਿ ਧਾਰਮਿਕ ਸ਼ਹੀਦਾਂ ਦੇ ਨਾਲ ਵੱਡੇ ਵੱਡੇ ਮਹਾਂਪੁਰਖ ਜਿਹੜੇ ਹੈਗੇ ਨੇ ਜਿੰਨੇ ਪੰਜਾਬ ਦੇ ਨੇ ਜਿੰਨੇ ਹਰਿਆਣਾ ਹਿਮਾਚਲ ਨੇ ਵਰਲਡ ਦੇ ਵਿੱਚ ਤੁਹਾਡੀਆਂ ਪਾਲਕੀਆਂ ਜਾ ਰਹੀਆਂ ਨੇ ਉਹਨਾਂ ਲੋਕਾਂ ਦੇ ਰੂਬਰੂ ਹੁੰਦੇ ਹੋਏ ਸਮਝੀ ਵੀ ਉਹ ਜਿਹੜਾ ਅਸੀਸਾਂ ਮਿਲੀਆਂ ਸ਼ਹਿਰ ਸਨ ਤੋਂ ਸ਼ੁਰੂ ਕੀਤੇ ਹੋਏ ਆ ਉਹ ਅਸੀਸਾਂ ਲੈ ਕੇ ਅੱਜ ਇੱਕ ਬ੍ਰਾਂਡ ਬਣ ਗਏ। ਹਾਂਜੀ ਉਹ ਆਪਣੀ ਸੰਗਤ ਦੀ ਸੇਵਾ ਦਾ ਹੀ ਫਲ ਮਿਲ ਰਿਹਾ ਸਾਨੂੰ। ਅਸੀਂ ਧਾਰਮਿਕ ਲਾਈਨ ਦੇ ਸ਼ੁਰੂ ਤੋਂ ਪਏ ਹਾਂ, ਤਿੰਨ ਪੀੜ੍ਹੀਆਂ ਤੋਂ ਪਏ ਹੋਏ ਆ। ਸਾਡਾ ਪਰਿਵਾਰ ਵੈਸ਼ਨੂੰ ਪਰਿਵਾਰ ਆ, ਤਿੰਨੇ ਪੀੜ੍ਹੀਆਂ ਦੀ ਕਿਸੇ ਨੂੰ ਮੀਟ ਸ਼ਰਾਬ ਵੰਡੇ ਦਾ ਟੇਸਟ ਵੀ ਨਹੀਂ ਪਤਾ ਅਤੇ ਹਰ ਤਰ੍ਹਾਂ ਦਾ ਅਸੀਂ ਵਾਹਿਗੁਰੂ ਦਾ ਸ਼ੁਕਰ ਗੁਜ਼ਾਰ ਹੈਗੇ ਹਾਂ। ਬਾਪੂ ਜੀ ਅੱਜ ਚਾਹੇ ਕਿਸੇ ਵੀ ਦੇਸ਼ 'ਚੋਂ ਬੰਦਾ ਪਾਲਕੀ ਤੁਹਾਨੂੰ ਦਿਖਾਉਂਦਾ ਉਹੀ ਪਾਲਕੀ ਬਣਾ ਦਿੰਦੇ ਹਾਂ, ਕਿਵੇਂ ਇਹ ਚੀਜ਼ ਸੰਭਵ ਹੋਈ ਹੈ? ਕਿਉਂਕਿ ਡਿਜ਼ਾਇਨ ਦੇ 'ਚ ਆਪਾਂ ਗੱਲ ਕਰ ਲਈਏ ਤਾਂ ਵਰਲਡ ਕਲਾਸ ਦੇ ਡਿਜ਼ਾਇਨ ਇੱਥੋਂ ਮਿਲਦੇ ਨੇ ਔਰ ਬਾਹਰੋਂ ਜਦੋਂ NRE ਕਹਿੰਦੇ ਪੈਸਾ ਜਿੰਨਾ ਮਰਜ਼ੀ ਲੱਗ ਜਾਵੇ ਪਰ ਨਵੀਂ ਚੀਜ਼ ਲੈਣੀ ਆ, ਉਹ ਨਵੀਂ ਚੀਜ਼ ਜਦੋਂ ਕਹਿੰਦੇ ਆ ਸਟੈਂਡਰਡ ਵਾਲਿਆਂ ਨੂੰ ਉਹੀ ਬਣਾ ਦਿੰਦੇ ਆ, ਕਿਵੇਂ ਕ੍ਰੀਏਟਿਵਿਟੀ ਤੁਹਾਡੇ 'ਚ ਹੈਗੀ? ਇਹ ਸਾਡੇ ਮਹਾਂਪੁਰਸ਼ਾਂ ਬਜ਼ੁਰਗਾਂ ਦੀ ਸਾਨੂੰ ਦੇਣ ਹੈਗੀ ਆ, ਸਾਡੇ ਅੰਦਰ ਖੂਨ ਦੇ ਅੰਦਰ ਕੁੱਟ ਕੁੱਟ ਕੇ ਉਹਨਾਂ ਨੇ ਭਰਿਆ ਹੋਇਆ। ਅਸੀਂ ਖੁਦ ਹੈਂਡਵਰਕ ਹੈਗੇ ਹਾਂ, ਅਸੀਂ ਰਾਮਗੜੀ ਹੈਗੇ ਹਾਂ, ਹਰ ਤਰ੍ਹਾਂ ਦਾ ਡਿਜ਼ਾਇਨਿੰਗ ਜਾਣਦੇ ਹਾਂ ਔਰ ਕਿਸੇ ਕਿਸਮ ਦਾ ਕੋਈ ਡਿਜ਼ਾਇਨ ਬਣਾਓ ਉਹ ਅਸੀਂ ਬਣਾ ਉਸੀ ਤਰ੍ਹਾਂ ਦੀ ਚੀਜ਼ ਬਣਾ ਦਿੰਦੇ ਹਾਂ। ਬਾਪੂ ਜੀ ਜਿਸ ਤਰੀਕੇ ਦੇ ਨਾਲ ਅੱਜ ਬਲਕ ਦੇ ਵਿੱਚ ਤੁਸੀਂ ਚੀਜ਼ਾਂ ਖਰੀਦਦੇ ਹੋ ਚਾਹੇ ਸ਼ੀਸ਼ਾ ਉਹ ਤੁਹਾਡਾ ਹੋਲਸੇਲ 'ਚ ਖਰੀਦਿਆ ਜਾਂਦਾ,
ਇਹੀ ਕਾਰਨ ਆ ਕਿ ਲੋਕ ਜਿਹੜਾ ਪਾਲਕੀਆਂ ਲੈਂਦੇ ਆ ਉਹਨਾਂ ਦਾ ਰੇਟ ਜਦੋਂ ਤੁਹਾਡੇ ਨਾਲ ਕੰਪੇਅਰ ਕਰਦੇ ਆ ਬੜਾ ਫਰਕ ਹੈਗਾ। ਕਿਵੇਂ ਇੰਨਾ ਸਸਤਾ ਔਰ ਕਿਵੇਂ ਟਿਕਾਊ ਔਰ ਕਿਵੇਂ ਉਹਨੂੰ ਡਿਊਰੇਬਿਲਟੀ ਵਾਲਾ ਚੀਜ਼ ਬਣਾ ਕੇ ਦਿੰਦੇ ਹੋ ਵੀ ਇਕੱਠੀ ਚੀਜ਼ ਲੈਂਦੇ ਹੋ ਜਿਹਦੇ ਨਾਲ ਤੁਹਾਨੂੰ ਸਸਤੀ ਮਿਲਦੀ ਆ ਜਿਹਦੇ ਨਾਲ ਲੇਬਰ ਤੁਹਾਡੇ ਕੋਲ ਪੁਰਾਣੀ ਹੈਗੀ ਆ ਜਿਹੜੀ ਲੇਬਰ ਉਹੀ ਮਤਲਬ ਜਿਹੜੀ ਹੈਗੀ ਸੇਵਾ ਦੇ ਵਿੱਚ ਲੱਗੀ ਹੈ। ਹੁਣ ਨਵਾਂ ਯੁੱਗ ਆ ਗਿਆ, ਜੋ ਕੰਮ ਪਹਿਲਾਂ ਹੈਂਡ ਵਰਕ ਹੁੰਦਾ ਸੀ ਹੁਣ ਮਸ਼ੀਨੀ ਯੁੱਗ ਆ ਗਿਆ, ਮਸ਼ੀਨਾਂ ਨਾਲ ਹੋ ਰਿਹਾ, ਇਸ ਕਰਕੇ ਉਹ ਸਸਤਾ ਵੀ ਪੈ ਜਾਂਦਾ ਔਰ ਅਸੀਂ ਜੋ ਮਾਲ ਲੈਂਦੇ ਹਾਂ ਇਕੱਠਾ ਲੈਂਦੇ ਹਾਂ, ਇਹਦੇ ਵਿੱਚੋਂ ਵੇਸਟਿੰਗ ਨਹੀਂ ਜਾਂਦੀ। ਜੋ ਵੇਸਟਿੰਗ ਹੁੰਦੀ ਆ ਉਹਦੀ ਅਸੀਂ ਛੋਟੀ ਆਈਟਮ ਬਣਾ ਦਿੰਦੇ ਹਾਂ, ਜਿਵੇਂ ਕਿ ਮੰਦਰ ਹੋਇਆ ਜਾਂ ਛੋਟੀ ਪਾਲਕੀ ਹੋਈ, ਇਸ ਕਰਕੇ ਵੇਸਟ ਨਹੀਂ ਹੁੰਦੀ, ਸਸਤਾ ਬਣਦਾ। ਬਾਪੂ ਜੀ ਤੁਸੀਂ ਆਪਣੇ 3 ਪੀੜ੍ਹੀਆਂ ਨੂੰ ਮਤਲਬ ਇਸ ਪ੍ਰੋਫੈਸ਼ਨ 'ਚ ਲਾਇਆ, ਪਹਿਲਾਂ ਬੇਟਾ ਨਾਲ ਆਇਆ ਫਿਰ ਪੋਤਾ ਆਇਆ, ਅੱਜ ਦਾ ਯੁੱਗ ਜਿਹੜਾ ਬਾਹਰ ਜਾਣ ਦਾ ਬੱਚੇ ਬਾਹਰ ਭੱਜਦੇ ਆ, ਪਰ ਤੁਸੀਂ ਉਹਨਾਂ ਨੂੰ ਆਪਣੇ ਹੱਕ ਨਾਲ ਲਾ ਕੇ ਔਰ ਉਹਨਾਂ ਨੂੰ ਐਸਾ ਕ੍ਰੀਏਟਿਵਿਟੀ ਦੇ ਦਿੱਤੀ ਵੀ ਉਹਨਾਂ ਦਾ ਵੀ ਜੀਅ ਲੱਗਣ ਲੱਗ ਗਿਆ। ਅੱਗੇ ਅੱਜ ਕੱਲ੍ਹ ਦੇ ਬੱਚੇ ਦਾ ਸਾਡਾ ਜੀਅ ਨਹੀਂ ਲੱਗਦਾ, ਲੇਕਿਨ ਤੁਹਾਡੇ ਪੋਤਿਆਂ ਦੀ ਅੱਖਾਂ ਦੇ ਵਿੱਚ ਰੌਣਕ ਦੇਖਣ ਨੂੰ ਮਿਲਦੀ ਹੈ ਵੀ ਦੋਨੇ ਨੇ ਬੜੇ ਖੁਸ਼ ਹੈ ਤੁਹਾਡੇ ਪ੍ਰੋਫੈਸ਼ਨ ਤੋਂ, ਕਿਉਂਕਿ ਆਪਾਂ ਆਮ ਤੌਰ 'ਤੇ ਦੇਖਿਆ ਜਿਹੜਾ ਪਿਓ ਪ੍ਰੋਫੈਸ਼ਨ ਕਰਦਾ ਮੁੰਡੇ ਕਹਿੰਦੇ ਜੀ ਫਲਾਣੇ ਥਾਂ 'ਤੇ ਪੜ੍ਹਦਾ, ਅਰੇ ਉਹ ਕਿੱਥੇ ਮਰਜ਼ੀ ਪੜ੍ਹਦਾ ਰਹੇ, ਮਾਂ ਬਾਪ ਜੇ ਉੱਥੇ ਇਕੱਲੇ ਪੈ ਕੇ ਮਰ ਗਏ ਤਾਂ ਉਹਦੇ ਪੜ੍ਹਨ ਨਾਲ ਜਾਂ ਉਹਨੂੰ ਵੱਧ ਕਮਾਈ ਦੇ ਨਾਲ ਕੀ ਫਰਕ ਪੈਣਾ। ਇਸ ਕਰਕੇ ਹਰ ਇੱਕ ਦੁਨੀਆ ਬਾਹਰ ਨੂੰ ਭੱਜ ਰਹੀ ਹੈ, ਹਾਲਾਂਕਿ ਉਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਸਾਰੇ ਪਰਿਵਾਰ ਰਿਸ਼ਤੇਦਾਰਾਂ ਨੂੰ ਵੀ ਇੱਥੇ ਹੀ ਰੁਜ਼ਗਾਰ ਮਿਲੇ ਔਰ ਵੱਧ ਤੋਂ ਵੱਧ ਅਸੀਂ ਉਹਨਾਂ ਨੂੰ ਹੁਨਰ ਦਿੰਦੇ ਹਾਂ, ਜਿੰਨੇ ਵੀ ਸਾਡੇ ਕੋਲ ਸਿੱਖ ਕੇ ਕੰਮ ਜਾਂਦੇ ਆ ਸਾਰੇ ਕਾਮਯਾਬ ਹੈਗੀਆਂ ਔਰ ਬੜਾ ਅੱਛਾ ਕਮਾਈ ਕਰ ਰਹੇ ਹਾਂ। ਹਰ ਤਰ੍ਹਾਂ ਦਾ ਅਸੀਂ ਖੁਦ ਆਪਣੇ ਹੈਂਡ ਵਰਕ ਹੋਣ ਦੇ ਬਾਵਜੂਦ ਸਾਰਾ ਮਨੇ ਹੁਨਰ ਵੱਢਦੇ ਹਾਂ, ਕਿਸੇ ਕਿਸਮ ਦਾ ਰਿਕੋਰਡ ਨਹੀਂ ਰੱਖਦੇ। ਧੰਨਵਾਦ ਵੀਰ ਜੀ। ਜਿਸ ਤਰੀਕੇ ਦੇ ਨਾਲ ਇਹ ਤੀਸਰੀ ਪੀੜ੍ਹੀ ਹੈ ਔਰ ਤੁਸੀਂ ਨਵੇਂ ਨਵੇਂ ਕ੍ਰੀਏਸ਼ਨਸ, ਨਵੇਂ ਨਵੇਂ ਡਿਜ਼ਾਈਨਸ, ਨਵੀਆਂ ਨਵੀਆਂ ਆਪਣੇ ਮਾਈਂਡ ਸੈਟਅਪ ਦੇ ਨਾਲ ਔਰ ਫੋਰਨ ਤੋਂ ਜਿਹੜੀ ਵੀ ਚੀਜ਼ ਆਉਂਦੀ ਹੈ ਤੁਸੀਂ ਉਹਦੇ 'ਚ ਹੋਰ ਅਮੈਂਡ ਕਰਕੇ ਅਗਲਿਆਂ ਨੂੰ ਹੋਰ ਵਧੀਆ ਲੱਗਦੀ ਵੀ ਆਈ ਜੀ ਦੀ ਪਾਲਕੀ ਦੇਖੀ ਨੇ ਕੀ ਕਹਿਣਾ ਚਾਹੋਗੇ? ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਅਸੀਂ ਕੋਈ ਵੀ ਡਿਜ਼ਾਈਨ ਆ 5-6 ਤਰ੍ਹਾਂ ਦੇ ਜਾਂ ਬਾਹਰ ਅਮੈਰੀਕਾ ਕੈਨੇਡਾ ਦੇ ਵਿੱਚ ਕੋਈ ਵੀ ਪਾਲਕੀ ਸਾਹਿਬ ਦੇ ਡਿਜ਼ਾਈਨ ਹੁੰਦੇ ਆ ਉਹਨਾਂ ਨੂੰ ਮਰਜ ਕਰਕੇ ਸਾਰਿਆਂ ਨੂੰ ਇੱਕ ਬਣਾ ਕੇ ਵੀ ਉਹ ਕਿੱਦਾਂ ਦਾ ਡਿਜ਼ਾਈਨ ਹੋਰ ਸੋਹਣਾ ਲੱਗੇਗਾ, ਮੇਨਟੇਨ ਹੋਊਗਾ, ਇਸ ਤੋਂ ਵਧੀਆ ਕੀ ਬਣ ਪਾਊਗਾ, ਆਪਣੇ ਪਬਲਿਕ ਦੇ ਵਿੱਚ ਆਪਾਂ ਕੀ ਦੇ ਸਕਦੇ ਹਾਂ, ਹੋਰ ਆਪਾਂ ਇਸ ਤੋਂ ਹੋਰ ਅਟਰੈਕਟਿਵ ਚੀਜ਼ ਕੀ ਦੇ ਸਕਦੇ ਹਾਂ ਕੰਪਿਊਟਰ ਦੇ ਵਿੱਚ ਬਣਾ ਕੇ ਆਰਕੀਟੈਕਟ ਦਾ ਕੰਮ ਕਰਕੇ, ਉਸ ਤੋਂ ਬਾਅਦ ਅਸੀਂ ਡਿਜ਼ਾਈਨ ਕੱਢਦੇ ਹਾਂ, ਫਿਰ ਮਾਡਲ ਤਿਆਰ ਕਰਕੇ ਉਸ ਤੋਂ ਬਾਅਦ ਅਸੀਂ ਪੇਸ਼ ਕਰਦੇ ਹਾਂ, ਪੇਸ਼ ਕਰਕੇ ਉਸ ਤੋਂ ਬਾਅਦ ਪਬਲਿਸਿਟੀ ਵੀ ਕਰਦੇ ਹਾਂ ਥੋੜ੍ਹੀ ਬਹੁਤੀ, ਉਸ ਤੋਂ ਬਾਅਦ ਆਪਾਂ ਚੀਜ਼ ਲਾਂਚ ਕਰ ਦਿੰਦੇ। ਵੀਰ ਜੀ ਪੰਜਾਬ 'ਚ ਤੁਸੀਂ ਨੰਬਰ 1 ਕਾਊਂਟਰ 'ਤੇ ਹੋ, ਕੀ ਕਹਿਣਾ ਚਾਹੋਗੇ ਕਿ ਸਾਰਾ ਪੰਜਾਬ ਲੋਕ ਚੰਡੀਗੜ੍ਹ ਦੇ ਤੁਹਾਡੇ ਕੋਲ ਲੈ ਕੇ ਜਾਂਦੇ ਨੇ, ਅੰਮ੍ਰਿਤਸਰ ਦੇ ਨੇ, ਜਲੰਧਰ ਦੇ ਨੇ, ਕਿਵੇਂ ਬ੍ਰਾਂਡਿੰਗ ਜਿਹੜੀ ਹੈਗੀ ਆ ਪਹਿਲਾ ਨੰਬਰ ਕਿਵੇਂ ਹਾਸਲ ਕੀਤਾ, ਇਹ ਬਜ਼ੁਰਗਾਂ ਦੀ ਮੰਨੀਏ ਇੰਨੀ ਘਾਲਣਾ ਜਿਹੜੀ ਆ ਉਹਦੇ ਨਾਲ ਇਹ ਹੋਇਆ? ਦੇਖੋ ਮੈਂ ਇਹ ਕਹਿਣਾ ਚਾਹੁੰਦਾ ਇਹਦੇ ਵਿੱਚ ਵੀ ਕੋਈ ਵੀ ਪਾਲਕੀ ਸਾਹਿਬ ਦਾ ਡਿਜ਼ਾਈਨ ਹੈ ਜੇ ਹੋਰ ਬੰਦਾ ਚਾਹੇ ਜਿੱਦਾਂ ਦੀ ਬਣਵਾਉਣਾ ਚਾਹੇ ਅਸੀਂ ਉੱਦਾਂ ਦੀ ਵੀ ਬਣਾ ਦਿੰਦੇ ਹਾਂ, ਅਤੇ ਮਹਾਰਾਜ ਦੀ ਪਾਲਕੀ ਸਾਹਿਬ ਅਸੀਂ ਇੰਨੀ ਉੱਤਮ ਪਵਿੱਤਰ ਚੀਜ਼ ਨਾਲ ਬਣਾਉਂਦੇ ਹਾਂ ਵੀ ਕਿਸੇ ਪਾਸੇ ਉਹ ਕਮੀ ਪੇਸ਼ੀ ਨਾ ਰਹੇ, ਖਰਾਬ ਨਾ ਹੋਵੇ, ਅਤੇ ਅੱਗੇ ਆਉਣ ਵਾਲੇ ਟਾਈਮ 'ਚ 50-60 ਸਾਲਾਂ 'ਚ 100 ਸਾਲਾਂ ਦੀ ਉਮਰ ਤੱਕ ਉਹ ਚੱਲਦੀ ਰਹੇ ਚੀਜ਼ ਵੀ ਉਹ ਇਹਦੇ ਚੱਕਰ ਦੇ ਵਿੱਚ ਅਸੀਂ ਜਿਹੜੇ ਕਸਟਮਰ ਚੀਜ਼ ਵਰਤਦੇ ਨੇ ਉਸ ਤੋਂ ਬਾਅਦ ਉਹ ਵਰਤ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਚੀਜ਼ਾਂ ਵਧੀਆ ਬਣਾਉਂਦੇ ਆ, ਤਾਂ ਉਸ ਹਿਸਾਬ ਨਾਲ ਸਾਡੀ ਪਬਲਿਸਿਟੀ ਹੋ ਜਾਂਦੀ। ਸਰ ਗੁਰੂ ਘਰਾਂ ਦਾ ਕੰਮ ਹੈਗਾ ਔਰ ਤੁਸੀਂ ਇੱਥੇ ਜੁੱਤੀਆਂ ਵੀ ਲਵਾ ਲੈਂਦੇ ਹੋ ਬੰਦੇ ਦੀਆਂ ਵੀ ਭਾਈ ਬਿਲਕੁਲ ਪਵਿੱਤਰਤਾ ਦੇ ਨਾਲ ਅੰਦਰ ਵੜਨਾ ਔਰ ਸਾਰਾ ਪਰਿਵਾਰ ਵੈਸ਼ਨੂ ਆ ਇਸ ਜਗ੍ਹਾ ਦੇ ਉੱਤੇ, ਨਾ ਕੋਈ ਸ਼ਰਾਬ, ਨਾ ਸਿਗਰਟ, ਨਾ ਮੀਟ, ਨਾ ਅੰਡਾ, ਕੋਈ ਚੀਜ਼ ਨਹੀਂ ਆ ਸਕਦੀ। ਦੇਖੋ ਇਹਦੇ ਵਿੱਚ ਇਹ ਕਹਿਣਾ ਚਾਹੁੰਦਾ ਜੀ ਇਹ ਮਹਾਰਾਜ ਦੀਆਂ ਅੰਗ ਹੀ ਨੇ ਜੀ, ਇਹ ਮਹਾਰਾਜ ਦੀਆਂ ਚੀਜ਼ਾਂ ਨੇ, ਮਹਾਰਾਜ ਨੇ ਇਹਦੇ ਵਿੱਚ ਵਿਰਾਜਮਾਨ ਹੋਣਾ ਵੀ ਆਪਾਂ ਮਹਾਰਾਜ ਦੀ ਚੀਜ਼ ਨੂੰ ਆਪਾਂ ਮਹਾਰਾਜ ਦੀ ਮੰਨਣੀ ਚਾਹੀਦੀ ਹੈ। ਆਪਾਂ ਇਹਦੇ ਵਿੱਚ ਨਾ ਆਪਾਂ ਜੁੱਤੀਆਂ ਆਣ ਦਿੰਦੇ ਹਾਂ, ਨਾ ਅਸੀਂ ਕੋਈ ਹੋਰ ਚੀਜ਼ ਆਣ ਦਿੰਦੇ ਹਾਂ, ਨਾ ਬੀੜੀ ਸਿਗਰਟ ਵਾਲਾ ਬੰਦਾ, ਨਾ ਕੋਈ ਹੋਰ, ਸਿਰਫ ਪਵਿੱਤਰਤਾ ਨਾਲ ਹੱਥ ਧੋ ਕੇ ਅੰਦਰ ਵੜਦੇ ਆ ਜੀ। ਬਾਈ ਜੀ ਸਭ ਤੋਂ ਵੱਡੀ ਗੱਲ ਇਤਫਾਕ ਹੈ ਇਸ ਫੈਮਿਲੀ ਦਾ, ਜਿਹੜੇ ਇਤਫਾਕ ਦੇ ਨਾਲ ਅੱਜ ਤੁਸੀਂ ਅੱਗੇ ਵੱਧ ਰਹੇ ਹੋ ਔਰ 66 ਸਾਲ ਤੋਂ ਜਿਹੜਾ ਬਾਪੂ ਜੀ ਨੇ ਬੂਟਾ ਲਾਇਆ ਸੀਗਾ ਅੱਜ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਰਿਹਾ, ਸਾਰੇ ਭਰਾ ਇਕੱਠੇ ਹੋ, ਭਤੀਜੇ ਇਕੱਠੇ ਹੋ, ਕੋਈ ਕਿਸੇ ਦੇ ਦਰਿਆਦ ਨਹੀਂ ਹੈ, ਪਤਾ ਨਹੀਂ ਲੱਗਦਾ ਵੀ ਕਿਹੜਾ ਕਿਹਦਾ ਮੁੰਡਾ, ਕੀ ਕਹਿਣਾ ਚਾਹੋਗੇ? ਪਹਿਲਾਂ ਤਾਂ ਜੀ ਮੈਂ ਮਹਾਰਾਜ ਦਾ ਸ਼ੁਕਰ ਅਦਾ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਡਾ ਸ਼ੁਰੂ ਤੋਂ ਇਕੱਠਾ ਫੈਮਿਲੀ ਰਿਲੇਸ਼ਨ ਕੰਮ ਹੈ ਜੀ, ਬਾਕੀ ਮਹਾਰਾਜ ਦੀ ਕਿਰਪਾ ਨਾਲ ਸਾਡੇ ਕੋਲ ਸੰਗਤ ਵੀ ਉੱਦਾਂ ਦੀ ਆਉਂਦੀ ਹੈ ਵੀ ਜਿਹੜਾ ਵੰਡ ਛਕੋ ਅਤੇ ਕਿਰਤ ਕਰੋ ਅਤੇ ਵੰਡ ਛਕੋ ਜੀ, ਇਸ ਕਰਕੇ ਸਾਡਾ ਸਾਰੀ ਫੈਮਿਲੀ ਇਕੱਠੀ ਹੈ। ਬਾਕੀ ਪਾਲਕੀ ਸਾਹਿਬ ਹੈ ਜੀ, ਮਹਾਰਾਜ ਦੀ ਕਿਰਪਾ ਨਾਲ ਅਸੀਂ ਨਵੇਂ ਤੋਂ ਨਵੇਂ ਡਿਜ਼ਾਈਨ ਕੱਢਦੇ ਹਾਂ, ਡਿਜ਼ਾਈਨ ਵਧੀਆ ਅਤੇ ਮਟੀਰੀਅਲ ਵਧੀਆ ਹੋਣ ਕਰਕੇ ਸਾਰੀ ਵਰਲਡ ਦੇ ਵਿੱਚ ਜਾਂਦੇ, ਇਕੱਲੇ ਪੰਜਾਬ ਨਹੀਂ ਆਪਣੀ ਸਾਰੇ ਵਰਲਡ 'ਚ ਮਾਲ ਜਾਂਦਾ ਜੀ, ਅਸੀਂ ਵਧੀਆ ਤੋਂ ਵਧੀਆ ਕੁਆਲਿਟੀ ਬਣਾਉਂਦੇ ਮਾਲ।
ये देखो सब तो पहला अखबार है अज तो ला लो 30-40 साल पहला तो ब्लैक एंड वाइट के अखबारों भी साड़ी ऐड आती रही है भी साडा पूरा इतिहास लिखा हुआ किवें शौक जमया सजाई नूं किवें किदां पिया भी किवें ये चीज़ां नूं बनाना है। ये देखो साड़िया सारिया एडा आदि ने सोने की बल्ला बना के भेजी सी पालकी साहब जी जलंधर को पाकिस्तान च महाराज गुरु नानक की धरती के उत्ते दूजा पीस गया सीगा पहली पातशाही का गुरु घर है शिकारपुर आस्ट्रेलिया गवर्नमेंट वालों अवार्ड मिलया होया सी कदे भी आस्ट्रेलिया दे विच माल भी भेज सकते हैं खुद भी जा सकते हैं उत्थे भी सारी साडे कोल हिस्टरी हैगी है। देखो जिदे कोल हिस्टरी होगी उही दिखा पाऊगा ये सोने दी यूएसए बना के भेजी सी जी।